14 ਦਸੰਬਰ 1920 ਜਦੋਂ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਵਿਸ਼ਾਲ ਪੰਥਕ ਇਕੱਠ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਉਂਦਾ ਤੇ ਹੁਣ ਅਕਾਲੀ ਦਲ ਹੋਂਦ ਦੀ ਲੜਾਈ ਲੜ ਰਿਹਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ 2017 ਤੋਂ ਲਗਾਤਾਰ ਹਾਸ਼ੀਏ ਤੇ ਡਿੱਗਦਾ ਜਾ ਰਿਹਾ ਇਸ ਦਾ ਕਾਰਨ ਕੀ ਹੈ ਤੇ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਦੇ ਵਿੱਚ ਜਨਕੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਅਕਾਲੀ ਦਲ ਕਿੱਥੋਂ ਦਾ ਕਿੱਥੇ ਪਹੁੰਚ ਗਿਆ ਤੇ ਮੌਜੂਦਾ ਸਮੇਂ ਕੀ ਸਥਿਤੀ ਹੈ ਤੇ ਨਾਲ ਦੀ ਨਾਲ ਹੁਣ ਤੱਕ ਅਕਾਲੀ ਦਲ ਦੇ ਕਿਹੜੇ ਪ੍ਰਧਾਨ ਰਹ ਚੁਕੇ ਨੇ ਇਸ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਸਾਰਾ ਦੱਸਾਂਗਾ ਸਸ਼ੀਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਤਾਂ 2017 ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਈਆਂ ਸੀ ਅਕਾਲੀ ਦਲ ਸਰਕਾਰ ਨਹੀਂ ਬਣਾ ਸਕੀ ਸੀ ਤੇ ਕਾਂਗਰਸ ਸੱਤਾ 'ਚ ਆ ਗਈ ਸੀ ਇਨ੍ਹਾਂ ਚੋਣਾਂ ਦੇ ਵਿੱਚ ਅਕਾਲੀ ਦਲ ਮਹਿਜ਼ 15 ਸੀਟਾਂ ਹੀ ਹਾਸਲ ਕਰ ਸਕਿਆ ਸੀ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜ ਰਹੀ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਨਾਲੋਂ 5 ਵੱਧ ਸੀਟਾਂ ਯਾਨੀ ਕਿ 20 ਸੀਟਾਂ ਹਾਸਲ ਕਰਨ 'ਚ ਕਾਮਯਾਬ ਰਹੀ ਦੀ ਹੈ ਫਿਰ ਅੱਗੇ 5 ਸਾਲ ਬਾਅਦ 2022 ਆਉਂਦੀ ਹੈ 2022 ਦੀਆਂ ਚੋਣਾਂ ਵਿਧਾਨ ਸਭਾ ਦੀਆਂ ਆਉਂਦੀਆਂ ਅਕਾਲੀ ਦਲ ਦਾ ਗ੍ਰਾਫ ਹੋਰ ਹੇਠਾ ਡਿੱਗ ਜਾਂਦਾ ਹੈ ਤੇ ਵੋਟ ਸ਼ੇਅਰ ਦੇ ਨਾਲ ਨਾਲ ਸੀਟਾਂ ਵੀ ਘਟ ਜਾਂਦੀਆਂ 2022 ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਸਿਰਫ 3 ਸੀਟਾਂ ਹੀ ਜਿੱਤ ਸਕੇ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਵੱਡੇ ਵੱਡੇ ਦਿਗ ਚੋਣ ਹਾਰ ਗਏ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਇਹ ਤਮਾਮ ਵੱਡੇ ਚਿਹਰੇ ਜਿਹੜੇ ਅਕਾਲੀ ਦਲ ਦੇ ਇਹ ਚੋਣ ਹਾਰ ਜਾਂਦੇ ਨੇ ਤੇ ਅਕਾਲੀ ਦਲ ਨੂੰ ਸਿਰਫ 3 ਹੀ ਸੀਟਾਂ ਮਿਲਦੀਆਂ ਫਿਰ ਅੱਗੇ ਆ ਜਾਂਦੀਆਂ 2008 ਅਸੀਂ ਲੋਕ ਸਭਾ ਦਾ ਵੀ ਜ਼ਿਕਰ ਕਰਾਂਗੇ ਕਿ 2014 ਦੀਆਂ ਜਦੋਂ ਲੋਕ ਸਭਾ ਲੋਕ ਸਭਾ ਚੋਣਾਂ ਆਉਂਦੀਆਂ ਤਾਂ ਅਕਾਲੀ ਦਲ 13 ਦੇ ਵਿੱਚੋਂ 4 ਸੀਟਾਂ ਹੀ ਜਿੱਤ ਸਕਿਆ ਫਿਰ ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੋ ਸੀਟਾਂ ਹੋਰ ਘਟ ਜਾਂਦਾ ਤੇ ਦੋ ਸੀਟ ਹੀ ਜਿੱਤ ਜਾਂਦਾ 13 'ਚੋਂ ਦੋ ਸੀਟਾਂ ਜਿੱਤਦਾ ਫਿਰ ਅੱਗੇ 2024 ਆਂਦਾ ਤੇ ਸਿਰਫ ਇੱਕ ਹੀ ਸੀਟ ਹਰਸਿਮਰਤ ਕੌਰ ਬਾਦਲ ਬਠਿੰਡਾ ਲਈ ਬਚਾ ਪਾਉਂਦੇ ਨੇ ਬਾਕੀ ਜਿਵੇਂ ਤੁਸੀਂ ਦੇਖਿਆ ਕਿ ਕਿਵੇਂ ਗ੍ਰਾਫ ਅਕਾਲੀ ਦਲ ਦਾ ਡਾਊਨ ਜਾਂਦਾ ਜਾ ਰਿਹਾ ਹੈ, ਹੇਠਾਂ ਨੂੰ ਜਾਂਦਾ ਜਾ ਰਿਹਾ ਹੈ। ਲਗਾਤਾਰ ਖਰਾਬ ਪ੍ਰਦਰਸ਼ਨ ਦੇ ਕਾਰਨ ਸਵਾਲ ਅਕਾਲੀ ਦਲ ਦੇ ਪ੍ਰਧਾਨ ਤੇ ਉੱਠਣ ਲੱਗੇ ਆ। ਹੁਣ ਕਈ ਲੀਡਰ ਸੁਖਬੀਰ ਸਿੰਘ ਬਾਦਲ ਦੇ ਨਾਲ ਤੇ ਕਈ ਵਿਰੋਧ ਦੇ ਵਿੱਚ ਹੈ ਜਿਨ੍ਹਾਂ ਚੋਂ ਮਨਪ੍ਰੀਤ ਸਿੰਘ ਈਆਲੀ ਪਹਿਲੇ ਨੰਬਰ ਤੇ ਹੈ। 2024 ਚੋਣ ਨਤੀਜਿਆਂ ਤੋਂ 9 ਦਿਨਾਂ ਬਾਅਦ ਅਕਾਲੀ ਦਲ ਨੇ ਫਿਰ ਚੋਣਾਂ ਦੇ ਵਿੱਚ ਮਿਲੀ ਹੋਈ ਹਾਰ ਤੇ ਮੰਥਨ ਕਰਨ ਦੇ ਲਈ ਕੋਰ ਕਮੇਟੀ ਦੀ ਮੀਟਿੰਗ ਸੱਦੀ। ਸਵਾਲ ਫੇਰ ਉਹੀ ਪਰ ਜਵਾਬ ਕੀ ਆਇਆ ਅੰਦਰ ਖਾਤੀ ਰਹਿ ਗਿਆ ਸੁਖਬੀਤ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਲ ਨੇ ਲਗਾਤਾਰ ਪੰਜ ਚੋਣਾਂ ਹਾਰੀਆਂ ਜਿਨ੍ਹਾਂ ਚੋਂ ਦੋ ਵਿਧਾਨ ਸਭਾ ਤੇ ਤਿੰਨ ਲੋਕ ਸਭਾ ਇਕੱਲੀਆਂ ਚੋਣਾਂ ਨਹੀਂ ਹਾਰੀਆਂ ਆਪਣਾ ਵੋਟ ਸ਼ੇਅਰ ਵੀ ਗਵਾਇਆ ਤੇ ਸੀਟਾਂ ਦਾ ਜਿਹੜਾ ਹੈ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਗਰਾਵਟ ਦਰਜ ਹੋਈ ਹੈ ਹੁਣ ਜਾਣਦੇ ਹਾਂ ਕਿ ਅਕਾਲੀ ਦਲ ਦੇ ਇਤਿਹਾਸ 'ਚ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਕਿਹੜੇ-ਕਿਹੜੇ ਪ੍ਰਧਾਨ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਪਹਿਲੇ ਪ੍ਰਧਾਨ ਸਰ ਮੁਖ ਸਿੰਘ ਚੱਬਲ ਚੁਣੇ ਜਾਂਦੇ ਨੇ ਇਹਨਾਂ ਤੋਂ ਇਲਾਵਾ ਫਿਰ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਗੋਪਾਲ ਸਿੰਘ ਕੌਮੀ ਤਾਰਾ ਸਿੰਘ ਤੇਥਰ ਤੇਜਾ ਸਿੰਘ ਅਕਾਰਪੂਰੀ ਬਾਬੂ ਲਾਲ ਸਿੰਘ ਉਦਮ ਸਿੰਘ ਜੀ ਨਾਗੋਕੇ ਗਿਆਨੀ ਕਰਤਾਰ ਸਿੰਘ ਪ੍ਰੀਤਮ ਸਿੰਘ ਗੋਦਰਾ ਹੁਕਮ ਸਿੰਘ ਸੰਤ ਫਤੇ ਸਿੰਘ ਅਛਰ ਸਿੰਘ ਜੱਥੇਦਾਰ ਭੁਪਿੰਦਰ ਸਿੰਘ ਮੋਹਨ ਸਿੰਘ ਤੂੜ, ਜਗਦੇਵ ਸਿੰਘ ਤਲਵੰਡੀ, ਹਰਚੰਦ ਸਿੰਘ ਲੋਂਗੋਵਾਲ, ਸੁਰਜੀਤ ਸਿੰਘ ਬਰਨਾਲਾ ਤੇ ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਇਹ ਵੀ ਕਾਫੀ ਲੰਬਾ ਸਮਾਂ ਪ੍ਰਧਾਨ ਰਹਿੰਦੇ ਨੇ ਫਿਰ 31 ਜਨਵਰੀ 2008 ਨੂੰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣਨ ਵਾਲੇ ਸਨ ਸੁਖਬੀਰ ਸਿੰਘ ਬਾਦਲ ਜੋ ਹਲੇ ਤੱਕ ਵੀ ਪਾਰਟੀ ਦੇ ਵਿੱਚ ਆਪਣੀਆਂ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਨੇ ਵੈਸੇ ਜੇਕਰ ਦੇਖੇ ਜਾਵੇ ਤਾਂ ਅਕਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਅਗਲੇ 8 ਸਾਲ ਹੋਰ ਪ੍ਰਧਾਨ ਬਣੇ ਰਹਿਣਗੇ ਕਿਉਂਕਿ ਸਤੰਬਰ 2022 ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਦੇ ਲਈ ਇੱਕ ਸੰਵਿਧਾਨ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਕੋਈ ਵੀ ਲੀਡਰ ਲਗਾਤਾਰ 10 ਸਾਲ ਤੋਂ ਵੱਧ ਅਕਾਲੀ ਦਲ ਦਾ ਪ੍ਰਧਾਨ ਨਹੀਂ ਰਹਿ ਸਕਦਾ ਇਸ 'ਚ ਦੋ ਟਰਮਾਂ ਦਾ ਜ਼ਿਕਰ ਕੀਤਾ ਗਿਆ ਸੀ ਪਹਿਲੀ ਟਰਮ ਜਿਹੜੀ ਹੈ ਉਹ 5 ਸਾਲ ਦੀ ਗਿਣੀ ਗਈ ਸੀ ਪਰ ਇਸ ਦੇ ਬਾਵਜੂਦ 2022 ਹੋਵੇ 23 ਹੋਵੇ ਜਾਂ ਫਿਰ ਹੁਣ 2024 ਹੋਵੇ ਪ੍ਰਧਾਨ ਦੀ ਕੁਰਸੀ ਤੇ ਸੁਖਬੀਰ ਸਿੰਘ ਸੁਖਬੀਰ ਸਿੰਘ ਬਾਦਲ ਨੂੰ ਬੈਠਿਆ ਕਈ ਲੀਡਰ ਨਹੀਂ ਦੇਖ ਰਹੇ ਪਰ ਅੰਦਰ ਖਾਤੇ ਚੋਪੇ ਪਰ ਕਈਆਂ ਨੇ ਆਪਣੀ ਚੁੱਪੀ ਤੋੜ ਵੀ ਦਿੱਤੀ ਹੈ ਵੈਸੇ ਅਕਾਲੀ ਦਲ ਦੇ ਵਿੱਚ ਸਮੇਂ-ਸਮੇਂ ਤੇ ਢੋਡ ਬੰਦੀ ਵੀ ਹੋਈ ਹੈ ਯਾਨੀ ਕਿ ਅਕਾਲੀ ਦਲ ਤੋਂ ਵੱਖ ਹੋ ਕੇ ਲੀਡਰਾਂ ਨੇ ਆਪੋ ਆਪਣੀਆਂ ਪਾਰਟੀਆਂ ਵੀ ਬਣਾਈਆਂ ਪਰ ਫਿਰ ਵੀ ਕਈ ਲੀਡਰ ਵਾਪਸ ਵੀ ਆਏ ਹੈ ਕਿ ਹਲੇ ਤੱਕ ਵੀ ਬਾਹਰ ਨੇ ਜਿਵੇਂ ਕਿ ਸੁਖਦੇਵ ਸਿੰਘ ਢੀਂਡਸਾ ਤੇ ਬਰਮਪੂਰਾ ਹੋਣ ਇਹਨਾਂ ਨੇ ਆਪਣੀਆਂ ਵੱਖ-ਵੱਖ ਪਾਰਟੀਆਂ ਬਣਾ ਦਿੱਤੀਆਂ ਸੀ ਪਰ ਹੁਣ ਇਹ ਅਕਾਲੀ ਦਲ ਬਾਦਲ ਦੇ ਨਾਮ 'ਤੇ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਧੜੇਬੰਦੀ ਦੀ ਇੱਕ ਲੰਬੀ ਕਹਾਣੀ ਹੈ ਧੜੇਬੰਦੀ ਦੀ ਮਹਿਕ 1980 ਦੇ ਦਹਾਕੇ ਤੋਂ ਹੀ ਆਉਣੀ ਸ਼ੁਰੂ ਹੋਈ ਸੀ 1985 ਦੇ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਮੌਤ ਮਗਰੋਂ ਇਹ ਧੜੇਬੰਦੀ ਜਗਜ਼ਾਹਰ ਹੋਈ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਅਗਵਾਈ ਦੇ ਵਿੱਚ ਇੱਕ ਗੁੱਟ 1984 ਦੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਵਿੱਚੋਂ ਨਿਕਲ ਗਿਆ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅਕਾਲੀ ਦਲ ਤਲਵੰਡੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ 1985 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 17 ਸੀਟਾਂ 'ਚੋਂ ਅਕਾਲੀ ਦਲ 73 ਜਿੱਤਿਆ ਪਾਰਟੀ ਦੇ ਨਵੇਂ ਲੀਡਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣਦੇ ਐ 1987 ਦੇ ਵਿੱਚ ਸਿਮਰਜੀਤ ਸਿੰਘ ਮਾਨ ਨੇ ਅਕਾਲੀ ਦਲ ਮਾਨ ਬਣਾਇਆ ਜਿਸ ਨੂੰ ਹੁਣ ਅਕਾਲੀ ਦਲ ਅੰਮ੍ਰਿਤਸਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਫਿਰ 1990 ਦੇ ਵਿੱਚ ਜਸਵੀਰ ਸਿੰਘ ਰੋਡੇ ਨੇ ਅਕਾਲੀ ਦਲ ਪੰਥਕ ਬਣਾਇਆ ਪਰ 1992 ਦੇ ਵਿੱਚ ਅਕਾਲੀ ਦਲ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਾਨ ਯਾਨਕੀ ਅੰਮ੍ਰਿਤਸਰ ਦੇ ਵਿੱਚ ਮਰਜ਼ ਹੋ ਜਾਂਦੀ ਹੈ 1992 ਦੀਆਂ ਚੋਣਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਪੰਥਕ ਬਣਾ ਲਿਆ ਸੀ ਪਰ 1999 ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਵਾਪਸ ਚਲੇ ਗਏ ਸਨ 2003 ਦੇ ਵਿੱਚ ਸਾਬਕਾ ਵਿਧਾਨ ਸਭਾ ਸਪੀਕਰ ਰਵੀਿੰਦਰ ਸਿੰਘ ਨੇ ਅਕਾਲੀ ਦਲ 1920 ਬਣਾਇਆ ਸੀ 2004 ਦੇ ਵਿੱਚ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਹੁੰਦ ਦੇ ਵਿੱਚ ਆਇਆ ਸੀ ਸਾਲ 2004 ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਲੰਗੋਵਾਲ ਨੂੰ ਮੁਰ ਸੁਰਜੀਤ ਕੀਤਾ ਸੀ ਫਿਰ ਸਾਲ 2014 ਦੇ ਵਿੱਚ ਭਾਈ ਮੋਹਕਮ ਸਿੰਘ ਨੇ ਯੂਨਾਈਟਿਡ ਅਕਾਲੀ ਦਲ ਨੂੰ ਹੋਂਦ ਚ ਲਿਆਂਦਾ ਤਾਂ ਉਹ ਫਰਿਸਤ ਹੈ ਜਿਹੜੀ ਅਕਾਲੀ ਦਲ ਦੇ ਨਾਲ ਸੀ ਫਿਰ ਵੱਖ ਹੋਏ ਪਰ ਕਈ ਲੀਡਰ ਵਾਪਸ ਆਏ ਪਰ ਹੱਲੇ ਵੀ ਕਈ ਨਰਾਜ਼ ਚੱਲ ਰਹੇ ਨੇ ਤਾਂ ਮੌਜੂਦਾ ਸਥਿਤੀ ਵੀ ਇਹੀ ਹੈ ਜਿਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਬਰੰਪੂਰਾ ਹੋਂਦ ਜਾਂ ਫਿਰ ਸੁਖਦੇਵ ਸਿੰਘ ਢੀਂਸਾ ਹੋਂਦ ਇਹ ਅਕਾਲੀ ਦਲ ਤੋਂ ਵੱਖ ਹੋ ਗਏ ਸੀ ਇਹਨਾਂ ਨੇ ਯੂਨਾਈਟਿਡ ਅਕਾਲੀ ਦਲ ਬਣਾ ਲਿਆ ਤੇ ਇਸ ਤੋਂ ਬਾਅਦ ਫਿਰ ਏ ਵਾਪਸ ਅਕਾਲੀ ਦਲ ਦੇ ਵਿੱਚ ਆ ਗਏ ਨੇ ਪਰ ਹੁਣ ਸਵਾਲ ਫਿਰ ਉਹੀ ਹੈ ਕਿ ਤੁਸੀਂ ਲਗਾਤਾਰ 2017 ਤੋਂ 2024 ਤੱਕ ਅਕਾਲੀ ਦਲ ਦੀ ਹੋਂਦ ਦੀ ਲੜਾਈ ਲੜ ਰਹੇ ਹੋ ਤੁਸੀਂ ਪੰਥਕ ਪਾਰਟੀ ਅਖਵਾਨੇ ਹੋ ਕਿਸਾਨੀ ਪਾਰਟੀ ਅਖਵਾਨੇ ਹੋ ਪਰ ਤੁਹਾਡਾ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਲਗਾਤਾਰ ਹਾਸ਼ੀ ਤੇ ਜਾ ਰਹੇ ਹੋ ਇਸ ਦਾ ਫਿਰ ਜ਼ਿੰਮੇਵਾਰ ਕੌਣ ਹੈ ਕੀ ਤੁਹਾਡੀ ਵਿਚਾਰਧਾਰਾ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਹੀ ਜਾਂ ਫਿਰ ਪ੍ਰਧਾਨ ਦੀ ਕੁਰਸੀ ਤੇ ਉੱਪਰ ਬੈਠੇ ਹੋਏ ਲੋਕ ਜਿਹੜੇ ਹੈ ਉਹ ਪਸੰਦ ਨਹੀਂ ਹੈ ਤਾਂ ਇਹ ਸਾਰੇ ਜਵਾਬ ਜਿਹੜੇ ਆ ਇਹ ਮੰਥਨ ਅਕਾਲੀ ਦਲ ਨੇ ਜ਼ਰੂਰ ਕੀਤਾ ਹੈ ਜਿਹੜਾ 13 ਜੂਨ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਪਰ ਅੰਦਰ ਖਾਤੇ ਕੀ ਹੋਈ ਹੈ ਰਣਨੀਤੀ ਇਸ ਬਾਰੇ ਬਾਹਰ ਕੁਝ ਵੀ ਨਹੀਂ ਨਿਕਲਿਆ